ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 3A 2020 ਐਡੀਸ਼ਨ ਲੈਸਨ 18 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਦੇ ਵਿੱਚ ਅਸੀਂ ਘਰ ਦੇ ਹਿੱਸਿਆਂ ਦੇ ਬਾਰੇ ਵਿੱਚ ਪੜਾਂਗੇ ਸੋ ਇੱਕ ਸੈਂਪਲ ਫੋਟੋ ਹੈਗੀ ਹੈ ਸਬਦਾਕਰ ਅਲੱਗ-ਅਲੱਗ ਹੁੰਦਾ ਸਬਦਾਕਰ ਵੱਖਰਾ ਹੁੰਦਾ ਹੈ ਰਾਈਟ ਪਰ ਆਪਾਂ ਸਿੱਖਾਂਗੇ ਕਿ ਇੱਕ ਘਰ ਨੂੰ ਜੇ ਸਾਨੂੰ ਕੋਈ ਪੁੱਛਦਾ ਸਾਡੇ ਘਰ ਦੇ ਬਾਰੇ ਉਸ ਬਾਰੇ ਅਸੀਂ ਕਿਸ ਤਰ੍ਹਾਂ ਦੱਸ ਸਕਦੇ ਹਾਂ ਠੀਕ ਹੈ ਤੇ ਸਭ ਤੋਂ ਪਹਿਲੇ ਆਪਾਂ ਕੁਝ ਸ਼ਬਦਾਂ ਦੇ ਬਾਰੇ ਵਿੱਚ ਪੜਾਂਗੇ ਸ਼ਬਦਾਂ ਦੇ ਮਤਲਬ ਸਿੱਖਾਂਗੇ ਤਾਂ ਕਿ ਜਦੋਂ ਤੁਸੀਂ ਇਹ ਸ਼ਬਦ ਥੋੜੇ ਔਖੇ ਸ਼ਬਦ ਇਹਦੇ ਵਿੱਚ ਐਸੇ ਵਿੱਚ ਪੜੋਗੇ ਤੇ ਤੁਹਾਨੂੰ ਔਖਾ ਨਹੀਂ ਲੱਗੇਗਾ ਠੀਕ ਹੈ ਛੱਤ रूफ सड़क रोड पूरा ब्राउन बिल्कुल एग्जैक्टली वलगण स्फेंस रसोई किचन अगे इन फ्रंट पीछे, बिहाइंड सज्जे पासे ऑन द राइट साइड खब्बे पासे ऑन द लेफ्ट साइड सामने इन फ्रंट Made of stones. So here is a picture. So let's start here. Chat, roof, right? Chimney, chimney is chimney. Then a kirki, kirki jambari. A haga little bit. It's like a fence, but it's um, like railing. This is your lawn. Lawn, ਵਰ ਲਾਂ ਦੇ ਵਿੱਚ ਘਾਹ ਉੱਗਿਆ ਹੋਇਆ ਦਿਸ ਇਜ਼ ਯਰ ਫੈਂਸ ਇਹ ਰਸਤਾ ਜਾਂ ਰਾਹ ਇਹ ਡਾਕ ਡੱਬਾ ਠੀਕ ਹੈ ਇਹਨੂੰ ਬਰਾਂਡਾ ਕਹਿੰਦੇ ਆ ਜਾਂ ਪੋਰਚ ਜਿਹੜਾ ਘਰ ਦੇ ਅੱਗੇ ਹੁੰਦਾ ਬਰਾਂਡਾ ਜਾਂ ਪੋਰਚ ਤੇ ਇਹ ਦਰਵਾਜਾ ਜਾਂ ਬੂਆਵੇ ਕਹਿੰਦੇ ਆ ਪੰਜਾਬੀ ਵਿੱਚ ਬੂਆਵੇ ਕਹਿ ਦਿੰਦੇ ਆ ਠੀਕ ਹੈ ਇਹ ਗੈਰੇਜ ਜਾਂ ਗਰਾਜ ਠੀਕ ਹੈ ਪੰਜਾਬੀ ਵਿੱਚ ਗੈਰੇਜ ਕਹਿੰਦੇ ਆ ਇੰਗਲਿਸ਼ ਵਿੱਚ ਗਰਾਜ ਕਹਿੰਦੇ ਆ ਪਿੱਛੇ ਬੈਕਯਾਰਡ ਹੋਏਗਾ ਵਿੜਾ ਹੋਏਗਾ ਠੀਕ ਹੈ ਇਹ ਤੁਹਾਡਾ ਡਰਾਈਵਵੇ ਠੀਕ ਹੈ ਮੇਰਾ ਘਰ ਬੇਲਿਸ ਸੜਕ ਤੇ ਹੈ ਘਰ ਪੀਲਾ ਹੈ ਘਰ ਦੀ ਛੱਤ ਲਾਲ ਹੈ ਘਰ ਦਾ ਵੱਡਾ ਦਰਵਾਜ਼ਾ ਪੂਰਾ ਹੈ ਘਰ ਦੀ ਫੈਂਸ ਚਿੱਟੀ ਹੈ ਘਰ ਦੇ ਸੱਜੇ ਪਾਸੇ ਦੋ ਵੱਡੇ ਦਰਖਤ ਹਨ ਘਰ ਦੇ ਅੱਗੇ ਘਾਹ ਦਾ ਲਾਨ ਹੈ ਘਰ ਨੂੰ ਜਾਣ ਦਾ ਰਸਤਾ ਜਾਂ ਰਾਹ ਹਰੇ ਪੱਥਰਾਂ ਦਾ ਬਣਿਆ ਹੋਇਆ ਹੈ ਰਸਤੇ ਦੇ ਇੱਕ ਪਾਸੇ ਲਾਲ ਡਾਕ ਡੱਬਾ ਹੈ ਡਾਕ ਡੱਬਾ ਇਸ ਦਾ ਮੇਲ ਬਾਕਸ ਘਰ ਦੇ ਖੱਬੇ ਪਾਸੇ ਕਾਰ ਗਰਾਜ ਜਾਂ ਗੈਰੇਜ ਹੈ ਘਰ ਦੇ ਪਿੱਛੇ ਵੇੜਾ ਹੈ ਵੇੜੇ ਵਿੱਚ ਕਾ ਦਾ ਲਾਨ ਅਤੇ ਫੁੱਲ ਬੂਟੇ ਹਨ ਸੋ ਇਨ ਦਾ ਬੈਕ ਆਲਸੋ ਵਿਚ ਵੀ ਕੈਨਟ ਸੀ ਘਰ ਦੇ ਨੇੜੇ ਬੱਸ ਸਟੈਂਡ ਹੈ ਬਾਹਰ ਪਾਰਕ ਹੈ ਨੇੜੇ ਹੀ ਮੇਰਾ ਸਕੂਲ ਹੈ ਘਰ ਦੇ ਅੰਦਰ ਦੀਆਂ ਕੰਧਾਂ ਦਾ ਰੰਗ ਵੀ ਪੀਲਾ ਹੈ ਸਾਡੇ ਘਰ ਵਿੱਚ ਬਹੁਤ ਖਿੜਕੀਆਂ ਹਨ ਖਿੜਕੀਆਂ ਉੱਤੇ ਪੜਦੇ ਹਨ ਇੱਕ ਬੈਠਣ ਦਾ ਕਮਰਾ ਜਾਂ ਬੈਠਕ ਹੈ ਬੈਠਕ ਵਿੱਚ ਸੋਫਾ ਹੈ ਇੱਕ ਟੀਵੀ ਵੀ ਹੈ ਸੋ ਵੇਅਰ ਇਜ਼ ਦ ਬੈਠਕ ਥਿਸ ਵਨ ਯਾ ਥਿਸ ਇਜ਼ ਦ ਬੈਠਕ ਖਿੜਕੀ ਹੈ ਸੋਫਾ ਟੇਬਲ ਲੈਂਪ ਟੀਵੀ ਬੈਠਕ ਵਿੱਚ ਅਸੀਂ ਇਕੱਠੇ ਬੈਠ ਕੇ ਟੀਵੀ ਦੇਖਦੇ ਹਾਂ ਘਰ ਵਿੱਚ ਇੱਕ ਰਸੋਈ ਹੈ ਥਿਸ ਇਜ਼ ਦ ਰਸੋਈ ਰਸੋਈ ਵਿੱਚ ਅਸੀਂ ਖਾਣਾ ਪਕਾਉਂਦੇ ਹਾਂ ਰਸੋਈ ਵਿੱਚ ਪਾਂਡੇ ਧੋਣ ਲਈ ਡਿਸ਼ਵਾਸ਼ਰ ਹੈ ਰਸੋਈ ਵਿੱਚ ਇੱਕ ਮੇਜ਼ ਅਤੇ ਚਾਰ ਕੁਰਸੀਆਂ ਹਨ ਰਾਤ ਦੀ ਰੋਟੀ ਅਸੀਂ ਇਕੱਠੇ ਖਾਂਦੇ ਹਾਂ ਘਰ ਵਿੱਚ ਤਿੰਨ ਸੌਣ ਦੇ ਕਮਰੇ ਹਨ ਦੋ ਗੁਸਲਖਾਨੇ ਹਨ so there's extra words here. cross them out. tika. 194 words. it doesn't seem too long, right? Uh, so if you are reading 30 to 40 words per minute, you should be able to read this in um, five to six minutes. tika. this is a gusel khana. and you think, again there. ਐਨੋ ਟਾਇਲਟ ਕਹਿੰਦੇ ਹਨ ਠੀਕ ਹੈ ਐ ਬਾਥ ਟੱਬ ਹੈ ਤੇ ਐ ਸ਼ਾਵਰ ਐਕਟੀਵਿਟੀ ਫਾਈਂਡ ਐਂਡ ਸਰਕਲ ਦਾ ਵੋਕੈਬਲਰੀ ਵਰਡਸ ਇਨ ਥਿਸ ਰਾਈਟਿੰਗ ਠੀਕ ਹੈ ਮੰਡੇ ਹੋਮਵਰਕ ਰਾਈਟ ਆਨਸਰਸ ਟੂ ਥੀਸ ਕੁਐਸਚਨਸ ਇਨ ਕੰਪਲੀਟ ਸੈਂਟੈਂਸ ਇਨ ਪੰਜਾਬੀ ਫੋਰ ਐਗਜ਼ਾਮਪਲ ਕਰਨੋ ਜਾਣ ਦਾ ਰਸਤਾ ਕਿਸ ਚੀਜ਼ ਦਾ ਬਣਿਆ ਹੋਇਆ ਹੈ ਲੁੱਕ ਵੀ ਆਰ ਗੋਇੰ ਟੂ ਯੂਜ਼ 올 ਥੀਸ ਵਰਡਸ ਇਨ ਦਾ ਆਨਸਰ ਕਰਨੋ ਜਾਣ ਦਾ ਰਸਤਾ ਸੇਮ ਵਰਡਸ ਵੀ ਕਾਪੀ ਹਰੇ ਪੱਥਰਾਂ ਦਾ ਬਣਿਆ ਹੋਇਆ ਹੈ ਸੋ ਵੀ ਕਾਪੀ ਆਲ ਥੀਸ ਵਰਡਸ ਠੀਕ ਹੈ ਇਹ ਘਰ ਕਿਹੜੀ ਸੜਕ ਤੇ ਹੈ ਇਹ ਘਰ ਬੇਲਿਸ ਸੜਕ ਤੇ ਹੈ ਸੋ ਵੀ ਕੈਨ ਯੂਜ਼ ਸੇਮ ਵਰਡਸ ਫਰਮ ਹੇਅਰ ਮੈਨੀ ਆਫ ਥੈਮ ਟੂ ਮੇਕ ਦਾ ਸੈਂਟੈਂਸ ਘਰ ਦਾ ਰੰਗ ਕਿਹੜਾ ਹੈ ਘਰ ਦਾ ਰੰਗ ਪੀਲਾ ਹੈ ਘਰ ਦੇ ਬਾਹਰ ਕਿਹੜੀ ਚੀਜ਼ ਚਿੱਟੀ ਹੈ ਘਰ ਦੇ ਬਾਹਰ ਵਲਗਣ ਚਿੱਟੀ ਹੈ ट्यूसडे होमवर्क राइट आंसर टू द क्वेश्चन इन कंप्लीट सेंटेंस इन पंजाबी घर के खब्बे पासे की है सो हाउ डू यू नो वर्ट्स घर के खब्बे पासे ए खबा राइट, घर के खब्बे पासे, गैरेज गर, गर, है घर के खब्बे पासे डाक डब्बा है राइट right? तीन कोई भी आंसर लिख सकते हो ਕਰਦੇ ਸੱਜੇ ਪਾਸੇ ਕੀ ਹੈ ਤੁਸੀਂ ਕਿਵੇਂ ਦੇਖੋਗੇ ਕਰਦੇ ਸੱਜੇ ਪਾਸੇ ਦੇਖੋਗੇ ਕਰਦੇ ਸੱਜੇ ਪਾਸੇ ਦੋ ਵੱਡੇ ਦਰਖਤ ਹਨ ਕਰਦੇ ਸੱਜੇ ਪਾਸੇ ਵਲਗਣ ਹੈ ਕਰਦੇ ਸੱਜੇ ਪਾਸੇ ਜੰਗਲਾ ਹੈ ਠੀਕ ਹੈ ਤੁਸੀਂ ਇਹਨਾਂ ਚੋਂ ਕੋਈ ਵੀ ਚੀਜ਼ ਲਿਖਦੇ ਹੋ ਕਰਦੇ ਪਿੱਛੇ ਕੀ ਹੈ ਤੁਸੀਂ ਆਨਸਰ ਪੜੋਗੇ ਇਹਦੇ ਵਿੱਚ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਰਦੇ ਪਿੱਛੇ ਕੀ ਹੈ ਠੀਕ ਹੈ ਕਰਦੇ ਪਿੱਛੇ ਵੇੜਾ ਹੈ ਵੈਂਸਡੇ ਹੋਮਵਰਕ ਘਰ ਦੇ ਅੱਗੇ ਕੀ ਹੈ ਸੋ ਅਗੇਨ ਲੁੱਕ ਐਟ ਦਾ ਪਿਕਚਰ ਐਂਡ ਸੀ ਘਰ ਦੇ ਅੱਗੇ ਕੀ ਹੈ ਘਰ ਵਿੱਚ ਕਿੰਨੇ ਸੌਣ ਦੇ ਕਮਰੇ ਹਨ ਤੁਸੀਂ ਇਹਦੇ ਵਿੱਚ ਪੜੋਗੇ ਇੱਥੇ ਤੁਹਾਨੂੰ ਪਤਾ ਲੱਗੇਗਾ ਠੀਕ ਹੈ ਘਰ ਦੀ ਬੈਠਕ ਵਿੱਚ ਕੀ ਕੀਤਾ ਜਾਂਦਾ ਹੈ ਕੀ ਕਰਦੇ ਨੇ ਬੈਠਕ ਵਿੱਚ ਇਕੱਠੇ ਬੈਠ ਕੇ ਟੀਵੀ ਦੇਖਦੇ ਹਨ ਠੀਕ ਹੈ ਥਰਸਡੇ ਹੋਮਵਰਕ ਸਟਾਰਟ ਅ ਟਾਈਮਰ ਰੀਡ ਦਾ ਐਸੇ ਆਫ ਹਾਊਸ ਔਨ ਪੇਜ 57 58 ਐਂਡ ਹਾਊ ਮਨੀ ਮਿੰਟਸ ਡਿਡ ਯੂ ਟੇਕ Okay. Again, I think you will not take more than five or six minutes. Okay. and that is our lesson for today. And um, you are becoming so much good reader now. I'm so proud of you. I'll see you in the next lesson. Until then, Ji ka Vaheguru ki fate.